ਕਤਾਲਮੀ ਕਹਾਣੀ ਪ੍ਰਭੂ ਪਰਮਾਤਮਾ ਈਸਵੇ ਜੋ ਮਰਿਆ ਹੋਇਆਂ ਤੇ ਜਿੰਦਾ ਕਰਦਾ ਹੈ। ਸਿਪਾਹੀਆਂ ਈਸਵੇ ਜੋ ਕਰੂਸੇ ਉੱਪਰ ਟੁੰਗੀ ਦੇਣੇ ਤੇ ਬਾਅਦ ਯਹੂਦੀ ਅਗਵਾ ਪਿਲਾਤੋਸੇ ਨੇ ਗਲਾਇਆ ਇਸ ਝੂਠ ਹੈ, ਇਸਮੇ ਗਲਾਇਆ ਥਾ ਕਿ ਸਹਿ ਤਿੰਨਾਂ ਦਿਨਾਂ ਬਾਅਦ ਮਰਿਆ ਹੋਇਆਂ ਤੇ ਜਿੰਦਾ ਹੋਈ ਜਾਂਗਾ। ਕੁਸੀ ਜੋ ਇਹ ਪੱਕਾ ਕਰਨੇ ਤਾਈਂ ਕਬਰਾਂ ਦੀ ਨਿਗਰਾਨੀ ਕਰਨੀ ਹੋਊਗੀ ਕਿ ਇਸ ਦੇ ਚੇਲੇ ਇਸ ਦੇ ਸਰੀਰੇ ਜੋ ਚੁਰਾਈ ਕਰੀ ਨੀ ਲਈ ਜਾਣ। ਅਗਰ ਸਹਿ ਇਹਦਿਆਂ ਕਰਦੇ ਹਨ ਤਾਂ ਸਹਿ ਗਲਾਂਗੇ ਕਿ ਸਹਿ ਮਰਿਆ ਹੋਇਆਂ ਤੇ ਜਿੰਦਾ ਹੋਈ ਗਿਆ ਹੈ। ਪਿਲਾ ਤੁਸੀਂ ਗਲਾਇਆ ਕੁਛ ਸਿਪਾਹੀਆਂ ਜੋ ਲਈ ਜਾ ਕਨੇ ਜਿਉਂ ਤੁਹਾਂ ਕਰੀ ਸਕਗੇ ਤੀਆਂ ਕਬਰਾਂ ਦੀ ਨਿਗਰਾਨੀ ਕਰਾ। ਇਸ ਤਾਈਂ ਤਿਨਾ ਜਿਸਾ ਕਬਰਾਂ ਦੇ ਦਰਵਾਜ਼ੇ ਦੇ ਪੱਥਰੇ ਉੱਪਰ ਇੱਕ ਮੋਹਰ ਲਗਾਈ ਦਿੱਤੀ। ਤਿਨਾ ਇਹ ਪੱਕਾ ਕਰਨੇ ਤਾਈਂ ਉੱਥੋਂ ਸਿਪਾਹੀਆਂ ਜੋ ਵੀ ਬਿਠਾਈ ਦਿੱਤਾ ਕਿ ਕੋਈ ਵੀ ਇਸਦੇ ਸਰੀਰੇ ਜੋ ਚੁਰਾਈ ਨਹੀਂ ਸਕੇ। ਈਸਵੇ ਦੇ ਮਰਨੇ ਤੇ ਬਾਅਦ ਦਾ ਦਿਨ ਸਪਤਾ ਦਾ ਦਿਨ ਥਾ, ਕੋਈ ਵੀ ਸਪਤਾ ਦੇ ਦਿਨੇ ਕੰਮ ਨਹੀਂ ਕਰ ਸਕਦਾ ਥਾ। ਇਸ ਤਾਈਂ ਈਸਵੇ ਦਾ ਕੋਈ ਵੀ ਮਿੱਤਰ ਕਬਰਾਂ ਵਾਲੀ ਨਹੀਂ ਅਪਰ ਸਪਤਾ ਦੇ ਦਿਨੇ ਤੇ ਬਾਅਦ ਦੂਵੇਂ ਦਿਨੇ ਵਿਆਹਗਾ ਤੜਕੇ। ਕੁਛ ਜਣਾ ਸਾਂ ਈਸਵੇ ਦੀਆਂ ਕਬਰਾਂ ਪਰ ਜਾਣੇ ਤਾਈਂ ਤਿਆਰ ਹੋਈਆਂ। ਸਹਿ ਇਸਦੇ ਸਰੀਰੇ ਪਰ ਹੋਰ ਵੀ ਮਸਾਲਿਆਂ ਜੋ ਲਗਾਉਣਾ ਚਾਹੁੰਦੀਆਂ ਥੀਆਂ। ਤਿੰਨਾਂ ਜਣਾਸਾਂ ਦੇ ਪੁੱਜਣੇ ਤੇ ਪਹਿਲਾਂ ਕਬਰਾਂ ਪਰ ਇੱਕ ਵੱਡਾ ਹਿੱਲਣ ਹੋਇਆ। ਸਵਰਗੇ ਤੇ ਇੱਕ ਸਵਰਗ ਦੂਤੇ ਆਈ ਕਰੀ ਇਸ ਪੱਥਰੇ ਜੋ ਲੜਕਾਈ ਦਿੱਤਾ ਜਿੰਨੀ ਕਬਰਾਂ ਦੇ ਦਰਵਾਜ਼ੇ ਜੋ ਢੱਕਿਆ ਥਾ ਕਨੇ ਇਸ ਪਰ ਬੈਠੀ ਗਿਆ ਥਾ। ਇਹ ਸਵਰਗਦੂਤ ਉਜਿਆਲੇ ਸਾਈਏ ਚਮਕਾ ਦਾ ਥਾ। ਕਬਰਾਂ ਵਾਲੀ ਜਿਹੜਾ ਸਿਪਾਹੀ ਥੇ ਤਿੰਨਾਂ ਤਿਸੀਓ ਦਿਖਿਆ ਸਹਿ ਇਤਨਾ ਡਰੀ ਗਏ ਕਿ ਮਰਿਆ ਸਾਈਏ ਜ਼ਮੀਨਾਂ ਪਰ ਪਈ ਗਿਆ। ਜਲ ਉਸਾ ਜਣਾਸਾਂ ਕਬਰਾਂ ਵਾਲੀ ਪੁੱਜੀਆਂ ਤਾਂ ਇਸ ਸਵਰਗਦੂਤੇ ਤਿੰਨਾਂ ਨੇ ਗਲਾਇਆ ਮਤ ਡਰਾ, ਈਸੂ ਇੱਥੋਂ ਨਹੀਂ ਹੈ, ਸਹਿ ਮਰਿਆ ਹੋਇਆਂ ਤੇ ਜਿੰਦਾ ਹੋਈ ਗਿਆ ਹੈ ਜਿਉਂ ਕਿ ਤਿੰਨੀ ਗਲਾਇਆ ਥਾ ਕਿ ਸਹਿ ਜਿੰਦਾ ਹੋਈ ਉੱਠਗਾ। ਕਬਰਾਂ 'ਚ ਤੋਪਾ ਕਨੇ ਦਿਖਾ। ਤਿੰਨਾਂ ਜਣਾਸਾਂ ਕਬਰਾਂ ਦੇ ਅੰਦਰ ਕਨੇ ਜਿੱਥੋਂ ਈਸੂਏ ਦਾ ਸਰੀਰ ਰੱਖਿਆ ਹੋਇਆ ਥਾ ਉੱਥੋਂ ਤੋਪਿਆ ਕਨੇ ਦਿਖਿਆ ਕਿ ਤਿਸਦਾ ਸਰੀਰ ਇੱਥੋਂ ਨਹੀਂ ਥਾ। ਤਾਲੂ ਤਿਸ ਸਵਰਗਦੂਤੇ ਤਿੰਨਾਂ ਜਣਾਸਾਂ ਨੇ ਗਲਾਇਆ ਜਾਈ ਕਰੀ ਤਿਸਦੇ ਚੇਲੇ ਜੋ ਦੱਸਾ ਈਸੂ ਮਰਿਆ ਹੋਇਆ ਤੇ ਜਿੰਦਾ ਹੋਈ ਗਿਆ ਹੈ ਕਨੇ ਸਹਿ ਤੁਹਾਂ ਗਾਂ ਗਾਂ ਗਲੀਲੇ ਜੋ ਜਾਂਗਾ। ਸਹਿ ਜਣਾਸਾਂ ਹੈਰਾਨ ਹੋਈਆਂ ਕਨੇ ਬੜੀਆਂ ਖੁਸ਼ ਹੋਈਆਂ। ਸਹਿ ਚੇਲੇ ਜੋ ਇਹ ਸ਼ੁਭ ਸੰਦੇਸ਼ ਸੁਣਾਉਣੇ ਤਾਈਂ ਦੌੜੀਆਂ। ਜਲ ਉਸਾ ਜਣਾਸਾਂ ਚੇਲੇ ਜੋ ਇਹ ਸ਼ੁਭ ਸੰਦੇਸ਼ ਦੱਸਣੇ ਤਾਈਂ ਆਪਣੇ ਰਸਤੇ 'ਚ ਥੀਆਂ ਤਾਂ ਈਸੂ ਤਿੰਨਾਂ ਜੋ ਦੁਸਿਆ ਸਹਿ ਤਿਸਦੇ ਪੈਰਾਂ ਪਰ ਪਈ ਗਈਆਂ ਤਾਂ ਇਸਮੇ ਗਲਾਇਆ ਮਤ ਡਰਾ ਜਾਈ ਕਰੀ ਮੇਰੇ ਚੇਲੇ ਜੋ ਗਲੀਲ ਜਾਣੇ ਤਾਈਂ ਗਲਾ ਸਹਿ ਉੱਥੋਂ ਮੀਜੋ ਦਿਖ ਗਏ।